ਉਹ ਭਿੱਖੀ ਪਿੰਡ ਦੇ 2 ਕਿੱਲਿਆਂ ਦੇ ਵਿੱਚ ਉਹਨਾਂ ਦੇ ਟੈਂਕ ਲੈ ਕੇ ਖੜੇ ਕੀਤੇ ਸੀ, ਉਹਨੂੰ ਕਬਰਗਾਹ ਕਹਿੰਦੇ ਸੀ, ਮਤਲਬ ਪਾਕਿਸਤਾਨ ਦੇ ਟੈਂਕੀ ਸੀ ਉਹਦੇ ਵਿੱਚ, ਹਾਲਾਂ ਜਿੰਦੇ ਜਿਹੜੇ ਮਰੇ ਹੋਏ ਬੰਦੇ ਉਹ ਵੀ ਵਿੱਚ ਹੀ ਪਏ ਸੀ ਉਸ ਟਾਈਮ ਦੇ, ਜਦੋਂ ਖਿੱਚ ਕੇ ਲੈਂਦੇ ਉਹ। ਸਾਡੇ ਨਾਲ ਹਥਿਆਰ ਉਹਨਾਂ ਕੋਲ ਤਕਰੀਬਨ ਚੰਗੇ ਸੀਗੇ, ਪਰ ਸਾਡੀ ਜਿਹੜੀ ਫੌਜ ਸੀ ਬੜੀ ਦਲੇਰੀ ਨਾਲ ਲੜੀ ਹੈ। ਇੱਕ ਬ੍ਰਿਗੇਡ ਦੀ ਨਫਰੀ ਸੀ ਬਿਲੋਂਗ ਦੇ ਵਿੱਚ, ਕਾਫੀ ਵੱਡਾ ਏਰੀਆ ਹੈ, ਉਹਦੇ 4 ਪਲਟਨਾਂ ਸੀਗੇ, 4 ਸਿੱਖ 6 ਫੌਂ 4 ਡੋਗਰਾ ਔਰ 3rd ਜੀਅਰ। ਇੱਕ ਸਾਡੇ ਕੋਲ RT ਦੀ ਬੈਟਰੀ ਸੀਗੀ, ਉਹਦੇ ਕੋਲ ਸੀਗੀਆਂ ਸਿਰਫ 4.2 ਇੰਚ ਮੋਟਰ। ਉਸ ਟਾਈਮ ਉੱਤੇ ਜਿਹੜੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੋਲ ਹਥਿਆਰ ਸੀ ਉਹ ਬਿਲਕੁਲ ਹੀ ਬਹੁਤ ਮਤਲਬ ਨਾਜ਼ੁਕ ਸੀਗੇ। ਮਿਸਾਲ ਦੇ ਤੌਰ 'ਤੇ ਰਫਲਾਂ ਜਿਹੜੀਆਂ ਸੀਗੀਆਂ ਉਹ ਸਾਡੇ ਕੋਲ 3 ਇੰਚ ਸੀ, ਅਤੇ ਉੱਥੇ ਘਾਹ ਬਹੁਤ ਵੱਡਾ ਸੀਗਾ ਔਰ ਸ਼ਾਮ ਨਵੰਬਰ ਮਹੀਨਾ ਸੀਗਾ, ਅਤੇ ਉਸ ਟਾਈਮ ਦੇ ਉੱਤੇ ਘਾਹ ਸੁੱਕ ਚੁੱਕਾ ਸੀ, ਬੰਬਾਂ ਨਾਲ ਉਹਨੂੰ ਅੱਗ ਲੱਗ ਚੁੱਕੀ ਸੀ ਉਹ, ਜਿਹਦੀ ਵਜ੍ਹਾ ਨਾਲ ਸਾਡੇ ਨਾ ਤਾਂ ਮਤਲਬ ਬੰਦਿਆਂ ਦੇ ਚਿਹਰੇ ਵੀ ਨਹੀਂ ਸੀ ਪਛਾਣ ਹੁੰਦੇ, ਅਤੇ ਦੂਜੀ ਗੱਲ ਜਿਹੜੇ ਹਥਿਆਰ ਸੀ ਉਹ ਸਾਰੇ ਦੇ ਸਾਰੇ ਤਕਰੀਬਨ ਜ਼ਿਆਦਾ ਜਾਮ ਹੀ ਰਹਿੰਦੇ ਸੀ। ਸਿਰਫ ਇੱਕ LMG ਸੀ ਸਾਡੀ ਜਿਹੜੀ ਕਿ ਤਕਰੀਬਨ ਫਾਇਰ ਕਰਦੀ ਰਹੀ ਹੈ ਲਾਸਟ ਤੱਕ, ਹੋਰ ਸਾਡੇ ਕੋਲ ਕੋਈ ਐਡਾ ਕਾਮਯਾਬ ਹਥਿਆਰ ਨਹੀਂ ਸੀਗਾ। ਬਾਹਰ ਦੀ ਲੜਾਈ ਤੋਂ ਬਾਅਦ ਦੇ ਵਿੱਚ ਤਕਰੀਬਨ 3-4 ਸਾਲ ਬਾਅਦ 1965 ਦੇ ਵਿੱਚ ਲੜਾਈ ਲੱਗ ਗਈ ਪਾਕਿਸਤਾਨ ਦੇ ਨਾਲ, ਉਹਦੇ ਵਿੱਚ ਵੀ ਕੋਈ ਸਾਡੀ ਇੰਪਰੂਵਮੈਂਟ ਨਹੀਂ ਹੋਈ। ਉਹੀ ਹਥਿਆਰ ਜਿਹੜੇ ਸਨ ਸੈਕਿੰਡ ਵਰਲਡ ਵਾਰ ਵਾਲੇ ਸੀਗੇ, ਉਹੀ ਹਥਿਆਰ ਸਾਡੇ ਕੋਲ ਮਤਲਬ ਸਨ ਪਹਿਣ ਦੀ ਲੜਾਈ ਦੇ ਵਿੱਚ ਵੀ ਉਹੀ ਸੀ, ਲੇਕਿਨ ਜਦੋਂ ਸੈਨ ਪਹਿਣ ਦੀ ਲੜਾਈ ਲੱਗੀ ਉਸ ਟਾਈਮ ਦੇ ਉੱਤੇ ਸਾਡੇ ਕੋਲ ਕਾਫੀ ਨਵੇਂ ਹਥਿਆਰ ਆਏ, ਤਾਂ ਜਦ ਤੱਕ ਸਾਡੀ ਜਿਹੜੀ ਉਹ ਤਕਰੀਬਨ ਪਲਟਣਾਂ ਜਿਹੜੀਆਂ ਸੀਗੀਆਂ ਉਹ ਲੜਾਈ ਖਤਮ ਹੀ ਮੰਨੋ ਉਸ ਤੱਕ ਹੋ ਚੁੱਕੀ ਸੀ ਜਦ ਤੱਕ ਸਾਡੇ ਕੋਲ ਹਥਿਆਰ ਪਹੁੰਚੇ। ਸਤਿ ਸ਼੍ਰੀ ਅਕਾਲ ਜੀ, ਸਾਡੀ ਖਾਸ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਵਿਵੇਕ ਸ਼ਰਮਾ। ਭਾਰਤ ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਦੇਸ਼ ਅੰਦਰ ਗੁੱਸੇ ਦੀ ਲਹਿਰ ਹੈ। ਭਾਰਤ ਦੇ 20 ਜਵਾਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਹੈ, ਇਹਨਾਂ ਵਿੱਚੋਂ 4 ਪੰਜਾਬ ਦੇ ਨੇ। ਇਸ ਘਟਨਾ ਤੋਂ ਬਾਅਦ ਦੇਸ਼ ਅੰਦਰ ਗੁੱਸੇ ਦੀ ਲਹਿਰ ਇਸ ਕਦਰ ਹੈ ਕਿ ਚੀਨ ਤੋਂ ਬਦਲਾ ਲੈਣ ਦੀ ਮੰਗ ਉੱਠ ਰਹੀ ਹੈ। ਪਰ ਕੀ ਚੀਨ ਵਿਰੁੱਧ ਕਾਰਵਾਈ ਕਰਨਾ ਭਾਰਤ ਦੇ ਹਿੱਤ ਵਿੱਚ ਹੋਵੇਗਾ? ਇਸ ਸੰਬੰਧ ਵਿੱਚ ਅਸੀਂ ਖਾਸ ਤੌਰ 'ਤੇ ਗੱਲਬਾਤ ਕੀਤੀ ਭਾਰਤੀ ਫੌਜ ਦੇ ਸਾਬਕਾ ਕੈਪਟਨ ਦਰਬਾਰਾ ਸਿੰਘ ਦੇ ਨਾਲ। ਦਰਬਾਰਾ ਸਿੰਘ ਦਾ ਕਹਿਣਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਜ਼ਰੂਰੀ ਇਹ ਹੈ ਕਿ ਦੋਹੇ ਧਿਰ ਆਪਸ ਵਿੱਚ ਬੈਠ ਕੇ ਗੱਲਬਾਤ ਕਰਨ। ਜੇਕਰ ਜੰਗ ਹੁੰਦੀ ਹੈ ਤਾਂ ਨੁਕਸਾਨ ਦੋਹਾਂ ਧਿਰਾਂ ਦਾ ਵੱਡੇ ਪੱਧਰ 'ਤੇ ਹੋਵੇਗਾ। ਭਾਰਤ ਚੀਨ ਸਰਹੱਦ ਸਥਿਤ ਗਲਵਾਨ ਘਾਟੀ ਵਿੱਚ ਹੋਈ ਖੂਨੀ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਾ ਦੇ ਵੀਰ ਜਵਾਨਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ। ਦੇਸ਼ ਭਰ ਵਿੱਚ ਇਸ ਸਮੇਂ ਗੁੱਸੇ ਅਤੇ ਰੋਸ ਦੀ ਲਹਿਰ ਹੈ ਅਤੇ ਲੋਕਾਂ ਵੱਲੋਂ ਚੀਨ ਤੋਂ ਬਦਲਾ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਭਾਰਤੀ ਸੈਨਾ ਦੇ ਇੱਕ ਸਾਬਕਾ ਅਧਿਕਾਰੀ ਦਾ ਕਹਿਣਾ ਹੈ ਕਿ ਜੰਗ ਇਸ ਮਸਲੇ ਦਾ ਹੱਲ ਨਹੀਂ। ਭਾਰਤ ਨਾਲ ਹਮੇਸ਼ਾ ਵੈਰ ਰੱਖਣ ਵਾਲੇ ਅਤੇ ਵੱਖ ਵੱਖ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦਾ ਸਿੱਧਾ ਵਿਰੋਧ ਕਰਨ ਵਾਲੇ ਚੀਨ ਨਾਲ ਨਜਿੱਠਣ ਲਈ ਕੂਟਨੀਤੀ ਅਤੇ ਗੱਲਬਾਤ ਹੀ ਸਹੀ ਤਰੀਕਾ ਹੈ, ਕਿਉਂਕਿ ਜੇਕਰ ਮੌਜੂਦਾ ਸਥਿਤੀ ਵਿੱਚ ਦੋਹਾਂ ਮੁਲਕਾਂ ਦਰਮਿਆਨ ਜੰਗ ਹੁੰਦੀ ਹੈ ਤਾਂ ਦੋਹਾਂ ਪਾਸਿਆਂ ਤੋਂ ਭਾਰੀ ਨੁਕਸਾਨ ਹੋਵੇਗਾ। ਇਹ ਕਹਿਣਾ ਭਾਰਤੀ ਫੌਜ ਦੇ ਇੱਕ ਸਾਬਕਾ ਕੈਪਟਨ ਦਰਬਾਰਾ ਸਿੰਘ ਦਾ। ਬਰਨਾਲਾ ਵਿਖੇ ਸਾਡੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਸਾਬਕਾ ਕੈਪਟਨ ਦਰਬਾਰਾ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਉਹ ਸਾਲ 1961 ਵਿੱਚ ਭਾਰਤੀ ਸੈਨਾ ਦੀ 4 ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਏ ਸਨ। ਉਹਨਾਂ 1962-65 ਅਤੇ 1971 ਦੀ ਜੰਗ ਵਿੱਚ ਹਿੱਸਾ ਲਿਆ। ਦਰਬਾਰਾ ਸਿੰਘ ਅਨੁਸਾਰ ਆਜ਼ਾਦੀ ਦੇ ਕਰੀਬ 74 ਸਾਲ ਬਾਅਦ ਵੀ ਚੀਨ ਸਰਹੱਦ 'ਤੇ ਭਾਰਤੀ ਸੈਨਾ ਵੱਡੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਉਹਨਾਂ ਕੇਂਦਰ ਸਰਕਾਰ ਦੀ ਢਿੱਲੀ ਨੀਤੀ ਨੂੰ ਹੀ ਇਸ ਲਈ ਜ਼ਿੰਮੇਵਾਰ ਮੰਨਿਆ। ਚੀਨ ਅਤੇ ਪਾਕਿਸਤਾਨ ਨਾਲ ਹੋਈ ਜੰਗਾਂ ਬਾਰੇ ਉਹਨਾਂ ਆਪਣੇ ਤਜਰਬੇ ਸਾਂਝੇ ਕੀਤੇ। ਮੇਰਾ ਨਾਂ ਕੈਪਟਨ ਦਰਬਾਰਾ ਸਿੰਘ, ਪਿੰਡ ਭੱਖੋ ਕੇ, ਜ਼ਿਲ੍ਹਾ ਬਰਨਾਲਾ। ਪੁਰਾਣੀ ਪਲਟਨ ਵਾਲੀ ਹੈਗੀ 4 ਸਿੱਖ, ਜਿਹਨੂੰ ਕਿ ਸਾਰਾਗੜੀ ਪਲਟਨ, ਸਾਡੀ ਪਲਟਨ ਸਾਰਾਗੜੀ ਪਲਟਨ ਹੈ। ਵੈਸੇ ਸਾਰਾਗੜੀ ਦੇ ਅਸੀਂ ਮਤਲਬ ਮਨਾਉਂਦੇ ਹਾਂ ਜੋ ਕੁਛ ਹੈਗਾ, ਅਤੇ ਅੱਜ ਕੱਲ੍ਹ ਪਲਟਣ ਇੱਥੇ ਪੰਜਾਬ ਦੇ ਵਿੱਚ ਹੀ ਹੈ। ਸਭ ਤੋਂ ਅਸੀਂ 1961 ਦੇ ਵਿੱਚ ਭਰਤੀ ਹੋਏ ਸੀਗੇ, ਅਤੇ ਪਹਿਲੀ ਲੜਾਈ ਅਸੀਂ 1962 ਦੇ ਵਿੱਚ ਲੜੀ ਹੈਗੀ। ਸਾਡੀ 4 ਸਿੱਖ ਪਲਟਣ ਸੀਗੀ, ਉਹ ਬਿਲੋਂਗ ਲੜੀ ਹੈ। ਉਸ ਟਾਈਮ ਦੇ ਉੱਤੇ ਜਿਹੜਾ ਸੀਗਾ ਬਿਲਕੁਲ ਹੀ ਨਾਜ਼ੁਕ ਹਾਲਤ ਸੀਗੀ, ਕੁਛ ਵੀ ਨਹੀਂ ਸੀਗਾ। ਇੱਕ ਬ੍ਰਿਗੇਡ ਦੀ ਨਫਰੀ ਸੀ ਬਿਲੋਂਗ ਦੇ ਵਿੱਚ, ਕਾਫੀ ਵੱਡਾ ਏਰੀਆ ਹੈ, ਉਹਦੇ 4 ਪਲਟਣਾਂ ਸੀਗੀ, 4 ਸਿੱਖ 6 ਫੌਂ 4 ਡੋਗਰਾ ਔਰ 3rd ਜੀਅਰ। ਇੱਕ ਸਾਡੇ ਕੋਲ RT ਦੀ ਬੈਟਰੀ ਸੀਗੀ, ਉਹਦੇ ਕੋਲ ਸੀਗੀਆਂ ਸਿਰਫ 4.2 ਇੰਚ ਮੋਟਰ, ਔਰ 2 ਸਾਡੇ ਕੋਲ ਉੱਥੇ ਸੀਗੀਆਂ ਮਸ਼ੀਨ ਗੰਨਾਂ। ਟੋਟਲੀ ਇੰਨੇ ਕੁ ਸਾਡੇ ਕੋਲ ਹਥਿਆਰ ਸੀਗੇ ਕਿ ਏਰੀਆ ਸਾਡਾ ਬਹੁਤ ਲੰਬਾ ਸੀਗਾ। ਏਰੀਆ ਉਹ
लोहित रिवर है वो किनारे उत्ते खब्बे पासे जिहड़ा सीगा वो खब्बे पासे ही हैगा अपना बलोंग ते बलोंग दे जिहड़े उपरले पासे पहाड़ियों के उत्ते साडियां जिहड़ियां चारे पलटना डिप्लो सीगियां एक जिहड़ी पलटन सी साडे चो वो नाले तो पार सीगी दूजे पासे उत्थे साडी भी एक कंपनी सीगी उस जगह उत्ते उह जगह दा नाम हाई प्लाटो सीगा। उस टाइम उत्ते जिहड़े सब तो वड्डी गल है कि जिहड़े कोल हथियार सी उह बिल्कुल ही बहुत मतलब नाजुक सीगे। मिसाल के तौर उत्ते रफलां जिहड़ियां सीगियां उह साडे कोल थिनर थी सी ते उत्थे घा बहुत वड्डा सीगा और शाम नवंबर महीना सीगा ते उस टाइम उत्ते घा सुक चुका सी बंबां नाल उहनूं अग लग चुकी सी। उत्थे बहुत ज़्यादा मतलब जिहड़ा घा वड्डा होण करके उत्थे सुआह एरिया बहुत सुआह ज़्यादा फैली हुई सी जिहदी वजह नाल साडे ना तां मतलब बंदियां दे चेहरे भी नहीं सी पछाण हुंदे ते दूजी गल जिहड़े हथियार सी उह सारे दे सारे तकरीबन ज़्यादा जाम ही रहिंदे सी। सिर्फ एक LMG सी साडी जिहड़ी कि तकरीबन फायर करती रही है लास्ट तक, होर साडे कोल कोई एडा कामयाब हथियार नहीं सीगा। सन बाहर की लड़ाई तो बाद तकरीबन 3-4 साल बाद 1965 के लड़ाई लग गई पाकिस्तान के नाल, उहदे विच भी कोई साडी इंप्रूवमेंट नहीं हुई। उही हथियार जिहड़े सन सैकंड वर्ल्ड वार वाले सीगे उही हथियार साडे कोल मतलब सन 65 की लड़ाई के विच भी उही सी, लेकिन जदों सन 65 की लड़ाई लगी उस टाइम के उत्ते साडे कोल काफ़ी नवे हथियार आए। तो जब तक साड़ी जी तकरीबन पलटना जीडिया सी लड़ाई खत्म ही मनो उस तक तक हो चुकी है जब तक साढ़े को हथियार पहुँचे। उदों बाद काफ़ी चंगे हथियार आ गए साढ़े को, मशीन गन्ना जीडिया चंगी आ गई थी, मोटर चंगी आ गई थी, होर भी कई किस्म के हथियार मतलब साढ़े को चंगे आ गए थे, लेकिन लड़ाई के टाइम तो उ हथियार से जोड़े साढ़े को सैकंड वर्ल्ड वार वे उ मशीन गन्ना विकर गन्ना जा 0.30 गन्ना तो उ पुरानिया रफलों सब कुछ उही सीगा। पर लड़ाई तो बाद जरूर साढ़े को चंगे हथियार आ गए। एक हुक्म मिले सी कटअप का, कटअप करने वास्ते सानू गया सी असी खेमकंद एरिए दे विच माछी के रत्तो के माछी के उस जगह दे उत्ते असी गए सी जद जिथे कि उत्थे दे पाकिस्तान दे टैंक सीगे उह टैंकां दे घेरे च असी रात नूं आ गए। इधरों पलटन ने हमला डिब ने हमला करना सी, किसी वजह नाल हमला नहीं हो सकिया, दिन चढ़ गया तो वह 12 तरीक की गल है कि उस दिन साडी पलटन तकरीबन ज़्यादा साडा CO भी 5-6 अफसर भी बाकी JCU भी पलटन भी काफ़ी बंदे साडे कैद हो गए थे, कुछ निकल भी आए असी उन्होंने निकलना च भी सीगे। साडे कोल जिन्ने हथियार सीगे लड़ाई दे टाइम उत्ते शर्मन टैंक सीगे, ठीक है, उन्हां कोल पैटन टैंक सीगे, साडे नौ हथियार उन्हां कोल तकरीबन चंगे सीगे, पर साडी जिहड़ी फौज सी बड़ी दलेरी नाल लड़ी है जिहदी वजह नाल कि उत्थे असी मतलब वो टैंक का उहनूं कवर मतलब जगह रखी सी वो भिखी पिंड दे 2 किलों के उन्होंने टैंक लैके खड़े किए थे उन्होंने कवरगाह कहने से मतलब पाकिस्तान के टैंक ही से हालांकि जिंदे जिहड़े मरे हुए बंदे वह भी बच्चे ही पे से उस टाइम जो खिंच के लेंदे उस तो बाद उन्होंने दिल लग अंत करता संस्कार वगैरह जो भी करते। 1971 की जंग के अपने तजर्बे साझे करदिया साबका कैप्टन दरबारा सिंह ने कहा कि उस समय फौज ने बड़े औखे हालातों में दुश्मन नाल लोहा लिया सी, पर उस समय भारतीय फौज को नवे हथियार आ चुके सन। देखो पहले नो बहुत ज़्यादा फर्क थी सन 65 की लड़ाई का बहुत ज़्यादा फर्क थी, साडे को रावणा भी 7.62 LR आ गया सी, उस तो बाद साडे को क्योंकि मैं ज़्यादा मशीन गन की भी सारी नौकरी है मेरी 1962 तो बाद मतलब मशीन गन के मैं नौकरी की है तो उदो को साढ़े को गन्ना भी बड़िया सोहनिया आ गई सी, मशीन गन्ना बहुत कामयाब सगिया जो कि अज तक उ चल रही है। तो बाकी जोड़े सके हथियार बाकी भी तकरीबन बहुत चंगे थे पहला नो सन 65 और 62 नो बहुत चंगे थे बिल्कुल। अजक जो 1965 की मशीन गन्ना चल दी है 1965 दिया मोटर ने साढ़े को 81 MM उ पुरानी 1965 वाली हरे तक क्योंकि मैं पलटन जाना हरे उ हथियार ने 1965 दे देखो एक जी मोटर हैगी 81 वह भी उही हैगी। उस तो बाद जी मशीन गन्ना ने जोड़े हैवी मेट जे एक स्पोर्ट कंपनी होंगी है स्पोर्ट कंपनी को चंगे हथियार होंगे ने स्पोर्ट कंपनी के दोनों ही पुराने ने 1965 के ने अज तक जहाज भी आप हम देखो रोज़ कि फलाने था MiG 29 फलाने था 20 जहाज जिते आप गल सुन डिगते हैं वह MiG ही डिगते हैं और वह सारे 1965 के ने पुराना तजर्बा यही है जी कि जेडे चाइनी ने मेरे आइडिया मुताबक
ਵੀ ਉਹ ਪਹਿਲਾਂ ਮਤਲਬ ਜ਼ਿਆਦਾ ਨਹੀਂ ਕਰਦੇ ਹਨ ਛੇੜਖੇੜ, ਕਿਉਂਕਿ ਸਾਡੀ ਪਲਟਨ ਜਿਹੜੀ ਰਹੀ ਹੈਗੀ ਉਹ ਬਾਰਡਰ ਏਰੀਏ ਉੱਤੇ ਰਹੀ ਹੈਗੀ, ਆਪਣਾ ਹਾਈ ਆਲਟੀਚਿਊਡ 'ਤੇ ਰਹੀ ਹੈ। ਕਈ ਦਫ਼ਾ ਰਾਤ ਨੂੰ ਪੈਟਰੋਲਾਂ ਵਗੈਰਾ ਭੁੱਲ ਜਾਂਦੀਆਂ ਨੇ, ਕਈ ਦਫ਼ਾ ਹੋਏ, ਇੱਕ ਦਫ਼ਾ ਨਹੀਂ ਕਈ ਦਫ਼ਾ ਸਾਡੇ ਪਲਟਨ ਦੇ ਇੱਥੇ ਬੰਦੇ ਮੇਰੇ ਕੋਲ ਹੁਣ ਵੀ, ਮੈਂ ਤੁਹਾਨੂੰ ਉਹ ਵੀ ਮਿਲਾ ਸਕਦਾ, ਅਤੇ ਉਹ ਬੰਦੇ ਕੀ ਆ ਰਾਤ ਨੂੰ ਪਤਾ ਨਹੀਂ, ਕਿਉਂਕਿ ਜਿਹੜਾ ਉੱਪਰ ਹਾਈ ਆਲਟੀ ਏਰੀਏ ਦੇ ਨਾ ਉਸ ਜਗ੍ਹਾ ਦੇ ਉੱਤੇ ਕੋਈ ਦਰਖਤ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਸਿਰਫ ਵਾਰੀ ਬਰਫ਼ ਨਿਕਲਦੀ ਹੈ। ਰਾਤ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਧਰ ਜਾ ਰਹੇ ਹਾਂ ਕਿੱਧਰ ਨਹੀਂ, ਅਤੇ ਸਾਡੇ ਬੰਦੇ ਉੱਧਰ ਵੀ ਚਲੇ ਗਏ ਨੇ। ਉੱਧਰ ਜਾ ਕੇ ਉਹਨਾਂ ਨੇ ਬੜਾ ਸੋਹਣਾ ਸਲੂਕ ਕੀਤਾ, ਬੜਾ ਸੋਹਣਾ ਪ੍ਰੇਮ ਨਾਲ, ਹਾਲਾਂਕਿ ਭਾਸ਼ਾ ਨਹੀਂ ਸੀ ਚੰਮਦੇ ਦਿੰਦਾ ਸਾਡੀ, ਉਹ ਸਮਝਦੇ ਨਾ ਉਹਨਾਂ ਦੀ, ਮਤਲਬ ਉਹਨਾਂ ਨੇ ਚੰਗਾ ਸਲੂਕ ਕੀਤਾ ਸਾਡੇ ਨਾਲ। ਅਤੇ ਬਾਕੀ ਤਾਂ ਹੁਣ ਅੱਜ ਕੱਲ੍ਹ ਬਾਰੇ ਤਾਂ ਤੁਹਾਨੂੰ ਪਤਾ ਵੀ ਮੈਂ ਇੰਨਾ ਜ਼ਿਆਦਾ ਕਹਿ ਨਹੀਂ ਸਕਦਾ। ਇਹ ਗੱਲ ਇਹ ਆ ਜੀ, ਚਾਈਨਾ ਜਿਹੜਾ ਹੈਗਾ ਨਾ, ਮਤਲਬ ਜਿੱਦਾਂ ਵਿਹਾਰ ਕੀਤਾ ਸਾਡੇ ਨਾਲ ਉਹਨਾਂ ਨੇ, ਪਹਿਲਾਂ ਵੀ ਵਿਹਾਰ ਕੀਤਾ ਸਾਨੂੰ ਬਾਹਰ ਦੇ ਵਿੱਚ ਵੀ, ਹੁਣ ਵੀ ਮੈਂ ਤੁਹਾਨੂੰ ਦੱਸ ਚੁੱਕਾ ਕਿ ਸਾਡੀ ਪਲਟਨ ਜਿਹੜੀ ਹੈਗੀ ਦੋ ਤਿੰਨ ਵਾਰੀ ਪੈਟਰੋਲਾਂ ਕ੍ਰੈਸ਼ ਵੀ ਹੋਈਆਂ ਨੇ, ਉਸ ਤੋਂ ਬਾਅਦ ਸਾਡੀਆਂ ਪੈਟਰੋਲਾਂ ਉਹਨਾਂ ਪੋਸਟਾਂ 'ਤੇ ਉਹਨਾਂ ਦੇ 'ਤੇ ਵੀ ਜਾਂਦੀ, ਉਹਨਾਂ ਦੀਆਂ ਸਾਡੇ 'ਤੇ ਆ ਜਾਂਦੀਆਂ, ਇਹੋ ਜਿਹੀ ਗੱਲ ਨਹੀਂ ਹੈ। ਪਰ ਮਤਲਬ ਉਦੋਂ ਬੜਾ ਸੋਹਣਾ ਰਵੱਈਆ ਕਰਦੇ ਸੀ, ਕੋਈ ਇਹੋ ਜਿਹਾ ਧੱਕੇ ਵਾਲੀ ਗੱਲ ਨਹੀਂ ਸੀਗੀ। ਭਾਰਤੀ ਫੌਜ ਦੇ ਸਾਬਕਾ ਕੈਪਟਨ ਦਰਬਾਰਾ ਸਿੰਘ ਨੇ 3 ਜੰਗਾਂ ਲੜੀਆਂ ਨੇ। ਆਪਣੇ ਤਜਰਬੇ ਦੇ ਹਿਸਾਬ ਨਾਲ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਚੀਨ ਸਰਹੱਦ 'ਤੇ ਭਾਰਤੀ ਫੌਜੀਆਂ ਨੂੰ ਜੋ ਸੁਵਿਧਾਵਾਂ ਉਪਲਬਧ ਹੋਣੀਆਂ ਚਾਹੀਦੀਆਂ ਨੇ ਉਹ ਹਾਲੇ ਵੀ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਉਪਲਬਧ ਨਹੀਂ ਹੋ ਰਹੀਆਂ। ਸਾਬਕਾ ਕੈਪਟਨ ਦਰਬਾਰਾ ਸਿੰਘ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਜੰਗ ਨਹੀਂ ਹੋਣੀ ਚਾਹੀਦੀ, ਜਿੰਨਾ ਹੋ ਸਕੇ ਇਸ ਨੂੰ ਟਾਲਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਮਸਲਾ ਗੱਲਬਾਤ ਨਾਲ ਸੁਲਝਾਇਆ ਜਾਣਾ ਚਾਹੀਦਾ, ਕਿਉਂਕਿ ਜੇਕਰ ਜੰਗ ਹੁੰਦੀ ਹੈ ਤਾਂ ਦੋਹਾਂ ਪਾਸਿਆਂ ਤੋਂ ਭਾਰੀ ਨੁਕਸਾਨ ਹੋਵੇਗਾ। ਅਤੇ ਪਾਕਿਸਤਾਨ ਮਤਲਬ ਕੋਈ ਚੰਗਾ ਸਲੂਕ ਨਹੀਂ ਕਰਦਾ ਹੈ, ਅਤੇ ਜਿਹੜੇ ਹੈਗੇ ਚਾਈਨਾ ਉਹ ਤਕਰੀਬਨ ਚੰਗਾ ਸਲੂਕ ਕਰਦੇ ਨੇ, ਕੋਈ ਮਾੜਾ ਨਹੀਂ। ਜਦੋਂ ਹੁਣ ਦੇਖੋ ਜਦੋਂ ਕੰਮ ਛਿੜੀ ਪਿਆ ਫਿਰ ਤਾਂ ਇੱਕ ਦੂਜੇ ਦਾ ਕੋਈ ਦੋਸਤ ਨਹੀਂ ਹੈ, ਪਰ ਜਦ ਤੱਕ ਪੀਸ ਵਾਰ ਹੈ ਉਦੋਂ ਤੱਕ ਉਹ ਠੀਕ ਵਰਤਾਓ ਕਰਦੇ ਨੇ। ਬਈ ਮੇਰੇ ਖਿਆਲ ਤਾਂ ਲੜਾਈ ਨਹੀਂ ਹੋਣੀ ਚਾਹੀਦੀ, ਜੇ ਗੱਲਬਾਤ ਨਾਲ ਅੱਗੇ ਸੁਲਝ ਦਿੱਤਾ ਇਹੋ ਜਿਹੀ ਰੀਸ ਨਹੀਂ ਹੈ। ਦੇਖੋ ਜੇ ਆਪਾਂ ਬਦਲੇ ਨੂੰ ਪਵਾਂਗੇ ਤਾਂ ਫਿਰ ਗੱਲ ਵੱਧ ਜਾਂਦੀ ਹੈ। ਸਾਡਾ ਜਿਹੜਾ ਮੇਰੇ ਖਿਆਲ ਤਾਂ ਜਿਹੜਾ ਮੁਲਕ ਹੈ ਉਹ ਸ਼ਾਂਤੀਪੂਰਵਕ ਹੈ, ਅਤੇ ਇਹ ਗੱਲ ਸ਼ਾਂਤੀ ਨਾਲ ਹੀ ਨਿਬੜਨੀ ਚਾਹੀਦੀ ਹੈ। ਇਹਨਾਂ ਕੰਮਾਂ 'ਚ ਤਾਂ ਕੁਛ ਨਹੀਂ ਰੱਖਿਆ, ਅਸੀਂ ਤਾਂ 3 ਲੜਾਈਆਂ ਦੇਖੀਆਂ ਨੇ, ਬਹੁਤ ਬੁਰਾ ਹਾਲ ਹੁੰਦਾ, ਬਹੁਤ ਬੁਰਾ ਹਾਲ ਹੁੰਦਾ ਕਿਸੇ, ਮਤਲਬ ਤੁਸੀਂ ਜੇ ਯਕੀਨ ਮੰਨੋ ਵੀ ਨਾ ਤਾਂ ਉਦੋਂ ਕੋਈ ਬਾਪ ਨਾ ਬੇਟਾ ਨਾ ਪੁੱਤ ਚਮਾ ਨਵਾਂ ਬੱਚੇ ਜੰਮੇ ਉਹਨਾਂ ਦਾ ਵੀ ਕੋਈ ਮੋਹ ਨਹੀਂ ਰਹਿੰਦਾ, ਸਿਰਫ ਉਹੀ ਚੀਜ਼ ਦੇਖਦੀ ਹੈਗੀ ਜਿਹੜਾ ਸਾਹਮਣੇ ਦੁਸ਼ਮਣ ਹੈ, ਕੁਛ ਨਹੀਂ ਦੇਖਦਾ। ਅਸੀਂ 3 ਲੜਾਈਆਂ ਲੜੀਆਂ ਨੇ, 3 ਦੇ ਵਿੱਚ ਅਸੀਂ ਕਾਫੀ ਮਤਲਬ ਅੱਗੇ ਵੀ ਵਧੇ ਹਾਂ ਪਿੱਛੇ ਵੀ ਹਟੇ ਹਾਂ ਦੋਨੋਂ ਪਾਸੇ, ਠੀਕ ਹੈ ਨਾ। ਅਤੇ ਉੱਥੇ ਅਸੀਂ ਮਤਲਬ ਜੇ ਚੱਕੀ ਹੈ ਕਿਸੇ ਕੋਈ ਚੀਜ਼ ਕਿਸੇ ਘਰੋਂ ਖਾਣ ਨੂੰ ਚੱਕੀ ਹੈਗੀ ਤਾਂ ਇਹ ਨਹੀਂ ਵੀ ਅਸੀਂ ਕਿਸੇ ਦਾ ਪੈਸਾ ਚੱਕਿਆ ਜਾਂ ਉੱਥੇ ਮੁਰਗੇ ਬਥੇਰੇ ਸੀ ਮੁਰਗੇ ਖਾ ਲਈਏ, ਕੁਛ ਨਹੀਂ। ਮਤਲਬ ਇਹ ਸੀ ਇਹ ਤਾਂ 2 ਮਿੰਟ ਨੂੰ ਅਸੀਂ ਹਾਂ ਜਾਂ ਨਾ, ਅਤੇ ਮੈਂ ਨਹੀਂ ਇਹ ਇਸ ਚੀਜ਼ ਦੇ ਵਿੱਚ ਸਹਿਮਤ ਵੀ ਇਹ ਲੜਾਈ ਹੋਵੇ। ਮੈਂ ਕਹਿੰਦਾ ਵੀ ਜੇ ਕਿਤੇ ਸ਼ਾਂਤੀ ਨਾਲ ਕਰਨੇ ਪੜਜੇ ਤਾਂ ਚੰਗੀ ਗੱਲ ਹੈ। ਇਹ ਜਿਹੜੇ ਗੱਲਾਂ ਕਰਦੇ ਨੇ ਉਹਨਾਂ ਨੇ ਨਾ ਤਾਂ ਕੁਛ ਦੇਖਿਆ ਹੁੰਦਾ ਨਾ ਹੀ ਉਹਨਾਂ ਨੂੰ ਪਤਾ ਹੁੰਦਾ। ਇਹ ਜਿਹੜੇ ਮਾਵਾਂ ਦੇ ਪੁੱਤ ਉੱਥੇ ਫਟੇ ਨੇ ਨਾ ਉਹਨਾਂ ਨੂੰ ਪਤਾ ਹੁੰਦਾ, ਠੀਕ ਹੈ ਨਾ। ਇਹ ਕਿਸੇ ਨੂੰ ਹਲਾਸ਼ੇਰੀ ਦੇਣੀ ਬੜੀ ਸੌਖੀ ਹੈ ਲੇਕਿਨ ਸਾਹਮਣੇ ਜਾਣਾ ਬੜਾ ਔਖਾ ਹੁੰਦਾ ਗਾ। ਅਸੀਂ 3 ਲੜਾਈਆਂ ਲੜੀਆਂ ਨੇ ਅਤੇ ਮੈਂ ਤਾਂ ਇਹੀ ਚਾਹੁੰਦਾ ਕਿ ਵੀ ਮੇਰੇ ਖਿਆਲ ਦੇ ਵਿੱਚ ਵੀ ਜੇ ਕਿਸੇ ਵਜ੍ਹਾ ਨਾਲ ਇਹਦਾ ਸੁਝਾਅ ਨਿਕਲੇ ਉਹ ਚੰਗਾ, ਅਤੇ ਬਦਲ ਲੈ ਲੈਣਾ ਤਾਂ ਫਿਰ ਉਹ ਕੋਈ ਸਿਆਣਪ ਵਾਲੀ ਗੱਲ ਤਾਂ ਮੈਨੂੰ ਲੱਗ ਨਹੀਂ ਰਹੀ ਇਹਦੇ 'ਚ। ਮੈਂ ਤਾਂ ਨਹੀਂ ਗਿਆ ਲੇਕਿਨ ਮੇਰੀ ਪਲਟਨ ਹੁਣ ਪਿੱਛੇ ਜਿਹਦੀ ਜਗ੍ਹਾ ਦੇ ਉੱਤੇ ਸੀ ਬਲੋਂਗ ਹਾਈ ਲੌਂਗ ਅਲੌਂਗ, ਉਸ ਏਰੀਏ ਦੇ ਵਿੱਚ ਸਾਡਾ ਜਿਹੜਾ ਸੀਗਾ ਉਹ ਪਲਟਨ ਹੁਣ ਗਈ ਸੀ ਉਹ ਪਲਾਟ ਵਾਸਤੇ ਬਲੋਂਗ ਦੀ ਗੱਲ, ਉਸ ਜਗ੍ਹਾ ਦੇ ਉੱਤੇ ਹੁਣ ਸਾਡੀ ਪਲਟਨ ਜਿਹੜੀ ਸੀ ਉਹ ਜਾ ਕੇ ਆਈਏ ਸੇਮ ਉਸੇ ਜਗ੍ਹਾ ਦੇ ਉੱਤੇ। ਅਤੇ ਉੱਥੇ ਜੇ ਕਹੀਏ ਤਾਂ ਵੀ ਮਤਲਬ ਬਾਹਲੀ ਤਰੱਕੀ ਤਾਂ ਨਹੀਂ ਹੋਈ ਹੈ, ਕਿਉਂ ਉੱਥੇ ਜਦੋਂ ਪਗਡੰਡੀ ਸੀ ਅਸੀਂ ਗਏ ਸੀ ਅਸੀਂ ਤਾਂ ਹਵਾਈ ਜਹਾਜ਼ਾਂ ਰਾਹੀਂ ਗਏ ਸੀਗੇ, ਅਤੇ ਪਗਡੰਡੀ ਸੀਗੀ ਹੋਰ ਤਾਂ ਕੁਛ ਹੈ ਹੀ ਨਹੀਂ ਸੀਗਾ, ਅਤੇ ਨਾ ਕੋਈ ਖੱਚਰ ਸੀ ਨਾ ਕੋਈ ਗੱਡੀ ਸੀ ਸਵਾਲੀ ਨਹੀਂ ਪੈਦਾ ਹੁੰਦੇ ਹਜੇ, ਅਤੇ ਹਵਾਈ ਜਹਾਜ਼ਾਂ ਰਾਹੀਂ ਤਾਂ ਸਿਰਫ ਬਸ ਰਾਸ਼ਨ ਪਾਣੀ ਮਸਾਂ ਪਹੁੰਚਦਾ ਸੀਗਾ। ਅਤੇ ਅੱਜ ਕੱਲ੍ਹ ਉੱਥੇ ਜਿਹੜੀ ਸੜਕ ਪਹੁੰਚ ਗਈ ਹੈਗੀ, ਕੁਛ ਗੱਡੀਆਂ ਗੁੱਡੀਆਂ ਪਹੁੰਚ ਗਏ ਨੇ, ਅਤੇ ਉੱਥੇ ਜਿਹੜਾ ਲੋਹਿਤ ਰਿਵਰ ਸੀਗਾ ਉਸ ਜਗ੍ਹਾ ਜਿੱਥੋਂ ਦਾ ਆਉਂਦਾ ਬਹੁਤ ਵੱਡਾ ਦਰਿਆ ਇਹਦੀ ਸ਼ੱਕ ਹੈਗੀ ਆਪਣੇ ਦੀ ਬ੍ਰਹਮਪੁੱਤਰ ਦੀ, ਅਤੇ ਉਹਦੇ 'ਤੇ ਪੁਲ ਪਲ ਵੀ ਬਣ ਗਏ ਇੱਕ ਦੋ, ਕੋਈ ਬਾਹਲੀ ਜ਼ਿਆਦਾ ਤਰੱਕੀ ਨਹੀਂ ਹੈ ਉਸ ਜਗ੍ਹਾ ਦੇ ਵਿੱਚ। ਕੈਪਟਨ ਦਰਬਾਰਾ ਸਿੰਘ ਨੇ ਮੰਗ ਕੀਤੀ ਕਿ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਣੀ ਚਾਹੀਦੀ ਹੈ। ਜਿਹੜੇ ਸਾਡੇ ਫੌਜੀ ਸ਼ਹੀਦ ਹੋਏ ਨੇ, ਖਾਸ ਕਰਕੇ ਜੇ ਤੁਸੀਂ ਦੇਖੋਗੇ ਤਾਂ ਸਾਡੇ ਕਛੇਣਾ ਬਲੋਕ ਦੇ ਵਿੱਚ ਅਸੀਂ ਹਰ ਸਾਲ ਜਿੰਨੇ ਵੀ ਸਾਡੇ ਸ਼ਹੀਦ ਫੌਜੀ ਨੇ ਉਹਨਾਂ ਨੂੰ ਅਸੀਂ ਸਲਾਮ ਕਰ ਦਿਆਂਗੇ, ਅਤੇ ਮੈਂ ਪੂਰੇ ਦੇਸ਼ ਵਾਸਤੇ ਕਰਦਾ
कि जिन्हें भी साढ़े शहीद फौग ने उन्होंने हर साल याद करना चाहिए, उन्होंने सलामी देनी चाहिए है और उन्होंने रिस्पैक्ट होनी चाहिए है, जो कि अजक गौरमेंटा जी ये नहीं कर दी। सिर्फ जिदन शहीद होकर आंदा है उदन डब्बा च बन हों उदन सारे आते हैं, उस तो बाद जी रिस्पैक्ट नहीं होंगी, जो कि यह बहुत माड़ी गल है साड़ी गौरमेंट वास्ते। एक मैं तुम्हें होर गल थोड़ी जी कहनी चाहना कि सन बाढ़ के असी तकरीबन साढ़े मेरे 90 मुंडे शहीद हुए थे, जेडे कि मेरी कंपनी के सी, बिच मतलब मेरी कंपनी से सारी पलटन के, उन्होंने एक बंदा जोड़ा सी ठुलीगढ़ का सी, फोटो भी लगी हुई उत्थे, प्यारा सिंह का नाम सीगा, तो उसकी जिहड़ी घरवाली दी दुर्दशा अज हो रही है, मेरे ख्याल दे विच बई इन्नी दुर्दशा नहीं होनी चाहिए ये जिहड़ी साडे शहीदां नाल है। उहदा इस तरह होया कि उहदी मतलब जिंदगी दी नवां नवां ब्याह होया सीगा, अज तक वह बेचारी जिंदी है, उहदी जिंदगी दी बर्बाद हो गई, ना तो उहनूं कोई दूसरे पासे तुरन दित्ता, ना ही कोई उहनूं कोई सहूलत दित्ती है, ना ही कोई उहनूं कोई जीवन दित्ता, ना ही कोई उहदे बच्चा सीगा, बहुत मतलब भैड़ी जिंदगी जो रही है, ये साडे शहीदां नाल नहीं होना चाहिदा। तो मैं तो यह चाहना भी हर हालत जी शहीदों ये साड़ी गौरमेंट ध्यान रखना चाहिए और उन्होंने श्रद्धांजलि हर साल याद करनी चाहिए, जिम्मे कि असं सेना बराक के करते हैं। मौजूदा समय भी भारत चीन सरहद से स्थिति तनाव वाली बनी हुई है। दस दईए कि साल 1967 में भी भारत चीन सेना दरम्यान टाकरा होया सी, इस दौरान भारत वाले पास्यों 80 तो वध जवान शहीद हुए सन, तो चीन के 300 तो वध फौजियों की जान गई सी। बरनाला तो विनीत शर्मा, न्यूज डेस्क तो ब्यूरो रिपोर्ट। साड़ी खास पेशकश विच NI हुण मैनूं विवेक शर्मा ते साड़ी पूरी टीम नूं दिओ इजाजत, धन्नवाद। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।